ITI ਚੌਂਕ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਲਈ ਬੁੱਧਵਾਰ ਨੂੰ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਨਵੇਂ ਬਣ ਰਹੇ ਪਾਰਕ ਵਿੱਚ ਜਿੱਥੇ ਰੰਗ ਬਿਰੰਗੇ ਫਲਾਵਰ ਲਗਵਾਉਣ ਦਾ ਕਾਰਜ ਸ਼ੁਰੂ ਕੀਤਾ, ਉੱਥੇ ਹੀ ਇਲੈਕਟ੍ਰੋਨਿਕ ਸੁੰਦਰ ਫੁਹਾਰਿਆਂ ਲਗਵਾਉਣ ਦਾ ਕਾਰਜ ਵੀ ਸ਼ੁਰੂ ਕੀਤਾ ਗਿਆ। ਇਸ ਉਦਘਾਟਨ ਸਮਾਰੋਹ ਦੇ ਦੌਰਾਨ PRTC ਪੰਜਾਬ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਦੂਆ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਭੁਪਿੰਦਰ ਸੈਣੀ, ਵਪਾਰ ਮੰਡਲ ਦੇ ਪ੍ਰਧਾਨ ਨਰਿੰਦਰ ਸੋਨੀ, ਯੂਥ ਨੇਤਾ ਵਰਨ ਮੁੜੇਜਾ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਵਾਈਸ ਪ੍ਰਧਾਨ ਅਮਨਦੀਪ ਸਿੰਘ ਨਾਗੀ ਨੇ ਪਹੁੰਚ ਕੇ ਟੱਕ ਲਗਾ ਕੇ ਫੁਹਾਰਿਆਂ ਦੀ ਰਸਮ ਵਿੱਚ ਭਾਗ ਲਿਆ। ਰਾਜਪੁਰਾ ਤੋਂ ਪੱਤਰਕਾਰ ਤਰੁਣ ਸ਼ਰਮਾ ਦੀ ਰਿਪੋਰਟ। ਹਾਂਜੀ, ਅੱਜ ਅਸੀਂ ਜਿਹੜਾ ਸਾਡਾ ਇਹ ITI ਚੌਂਕ ਹੈ, ਜਿਵੇਂ ਅਸੀਂ ਪੂਰੇ ਸ਼ਹਿਰ ਦਾ ਬਹੁਤ ਹੀ ਜ਼ਿਆਦਾ ਸੁੰਦਰੀਕਰਨ ਕਰਨ 'ਤੇ ਲੱਗੇ ਹੋਏ ਹਾਂ। ਅਸੀਂ ਲਗਭਗ ਬੁੱਧ ਚੌਂਕ ਤੋਂ ਲੈ ਕੇ ਗਗਨ ਚੌਂਕ ਤੱਕ ਬਹੁਤ ਵੱਡੀ ਸਾਡੀ ਪਲੈਨਿੰਗ ਹੈ ਇਹਨੀ ਵਾਈਡਨਿੰਗ ਕਰਨ ਦੀ। ਅਤੇ ਜਿਹੜਾ ਇਹ ਚੌਂਕ ਹੈ ਸਾਡਾ ਮੇਨ ਚੌਂਕ ਹੈ, ਕਿਉਂਕਿ ਜਿੰਨੇ ਆਫਿਸ ਵਗੈਰਾ ਸਾਡੇ ਪੈਂਦੇ ਆ ਉਹ ਸਾਰੇ ਇੱਧਰੋਂ ਹੋ ਕੇ ਜਨਤਾ ਜਿਹੜੀ ਜਾਂਦੀ ਹੈ, ਅਤੇ ਰਾਜਪੁਰੇ ਨੂੰ ਜਦੋਂ ਬਾਹਰ ਨਿਕਲਦੇ ਹਾਂ ਅਸੀਂ ਤਾਂ ਵੀ, ਜਾਂ ਅੰਬਾਲਾ ਸਾਈਡ ਤੋਂ ਅਸੀਂ ਐਂਟਰ ਕਰਦੇ ਹਾਂ ਤਾਂ ਵੀ ਇੱਥੇ ਸਾਡੀ ਇਹ ਜਿਹੜੀ ਅਸੀਂ ਪਿੱਛੇ ਸੋਚਿਆ ਹੋਇਆ ਸੀ, ਮਿਊਨਸਪਲ ਕੌਂਸਲ ਸਾਰੀ ਨੇ, ਪ੍ਰਧਾਨ ਜੀ ਨੇ, ਇਹਨਾਂ ਨੇ ਸਾਰਿਆਂ ਨੇ, ਅਤੇ ਇਹਦੀ ਅਸੀਂ ਜਿਹੜਾ ਸੁੰਦਰਤਾ ਦੇ ਲਈ ਅੱਜ ਜਿਹੜਾ ਹੈਗਾ ਇੱਕ ਸ਼ੁਰੂਆਤ ਕਰਨ ਲੱਗੇ ਹਾਂ। ਅਤੇ ਇੱਥੇ ਬਹੁਤ ਸੋਹਣਾ ਜਿਹੜਾ ਇੱਕ ਫਾਊਂਟੇਨ ਜਿਹੜਾ ਬਣੇਗਾ, ਇਹ ਲਾਈਕ ਜਿੱਦਾਂ ਪਟਿਆਲੇ ਦਾ ਫੁਆਰਾ ਵਾਲਾ ਚੌਂਕ ਹੈ ਉਹਦੇ ਪੈਟਰਨ ਦੇ ਉੱਤੇ ਜਿਹੜਾ ਇਹਦੀ ਅਸੀਂ ਸੁੰਦਰਤਾ ਇਹਦੀ ਅਸੀਂ ਬਣਾਉਣੀ ਹੈ, ਇਹਦੀ ਵਾਈਡਨਿੰਗ ਕਰਨੀ ਹੈ, ਚਾਰੇ ਪਾਸਿਓਂ ਬਹੁਤ ਚੌੜਾ ਹੋਏਗਾ ਅਤੇ ਉਹ ਸਾਰੇ ਨਕਸ਼ੇ ਵਗੈਰਾ ਬਣ ਕੇ ਤਿਆਰ ਹੋ ਗਏ, ਇਹਦੀ ਅੱਜ ਸ਼ੁਰੂਆਤ ਕੀਤੀ ਹੈ ਅਤੇ ਹੋਪਫੁਲੀ ਇਹ ਅਸੀਂ ਜੂਨ ਤੱਕ ਇਸ ਨੂੰ ਅਸੀਂ ਤਿਆਰ ਕਰ ਲਏ। ਸਰ ਕਿੰਨੀ ਲਾਗਤ ਲੱਗੇਗੀ? ਲਾਗਤ ਤਾਂ ਹਾਲੇ ਸ਼ੁਰੂਆਤ ਹੈ, ਐਸਟੀਮੇਟ ਕਾਫੀ ਹੈ, ਹੋ ਸਕਦਾ ਵੱਧ ਵੀ ਸਕਦਾ ਹੈਗਾ, ਕਿਉਂਕਿ ਮੈਂ ਇਹਨੂੰ ਬਹੁਤ ਸੋਹਣਾ ਬਣਾਉਣਾ ਚਾਹੁੰਦਾ ਵਾਈਟ ਪੱਥਰ ਵਗੈਰਾ ਲਾ ਕੇ, ਕਿਉਂਕਿ ਪਹਿਲਾਂ ਜਿਹੜਾ ਸੀਗਾ ਐਸਟੀਮੇਟ ਘੱਟ ਸੀ ਪਰ ਹੁਣ ਥੋੜ੍ਹਾ ਵਧਾਇਆ ਅਤੇ ਉਹ ਸਾਰਾ ਕੈਲਕੂਲੇਟ ਹੋਏਗਾ, ਪਰ ਇੰਨਾ ਮੈਂ ਕਹਿ ਸਕਦਾ ਬਹੁਤ ਸੋਹਣਾ ਬਣੇਗਾ, ਉਹਦੇ ਨਾਲੋਂ ਸੋਹਣਾ ਬਣੇਗਾ ਪਟਿਆਲੇ। ਬਿਜਲੀ ਦੇ ਪੋਲ ਵਗੈਰਾ ਜਿਹੜੇ ਇਹ ਸਾਰਾ ਅੰਡਰਗਰਾਊਂਡ ਹੋਣ ਜਾ ਰਿਹਾ? ਹਾਂ, ਇਹ ਅੰਡਰਗਰਾਊਂਡ ਹੋਏਗਾ, ਬਿਜਲੀ ਦਾ ਜਿੰਨਾ ਵੀ ਹੈ ਉਹ ਸਾਰਾ ਅਸੀਂ ਪੈਸੇ ਵਗੈਰਾ ਉਹ ਬਿਜਲੀ ਬੋਰਡ ਨੂੰ ਭਰਦੇ ਅਸੀਂ, ਅਤੇ ਇਹਦਾ ਕੰਮ ਵੀ ਜਿਹੜਾ ਉਹ ਜਲਦੀ ਜਲਦੀ, ਪਹਿਲਾਂ ਉਹਨੂੰ ਆਈ ਟੀ ਚੌਂਕ ਦੇ ਨਾਮ 'ਤੇ ਕਿਹਾ ਜਾਂਦਾ ਸੀਗਾ, ਹੁਣ ਇਹਨੂੰ ਦੁਬਾਰਾ ਚੌਂਕ ਦੇ ਨਾਮ 'ਤੇ ਕਿਹਾ ਜਾਏਗਾ? ਦੇਖੋ, ਚੌਂਕ ਜਿਹੜਾ ਮਰਜ਼ੀ ਵੱਜੇ, ਮੇਰਾ ਮਕਸਦ ਤਾਂ ਇਹ ਹੈ ਕਿ ਬਸ ਸ਼ਹਿਰ ਦਾ ਸੋਹਣਾ ਹੋਣਾ ਚਾਹੀਦਾ ਹੈਗਾ, ਚਾਹੇ ITI ਚੌਂਕ ਬਣੇ ਚਾਹੇ ਦੁਬਾਰਾ ਚੌਂਕ ਬਣੇ ਚਾਹੇ ਕੋਈ ਚੌਂਕ ਬਣੇ, ਇਹਦੇ ਨਾਲ ਨਾਲ ਜਿਹੜੀ ਇਹ ਸੜਕ ਸਾਡੀ ਜਿਹੜੀ ਜਾਂਦੀ ਆ ਪਟੇਲ ਕਾਲਜ ਤੋਂ, ਅਤੇ ਇਹਦਾ ਨਾਂ ਅਸੀਂ ਜਿਹੜਾ ਹੈਗਾ ਪਟੇਲ ਰੋਡ ਰੱਖਿਆ ਸੀ, ਅਤੇ ਇਹ ਜਿਹੜੀ ਆਪਣੀ ਉੱਥੇ ਤੱਕ ਜਾਣੀ ਆ ਉਹ ਵੀ ਅਸੀਂ ਜਿਹੜਾ ਮਿਊਨਸਪਲ ਕੌਂਸਲ ਨੂੰ ਮਤਲਬ ਕਿ ਜਿਹੜਾ ਹੈਗਾ ਅਸੀਂ ਲਿਖਤਾ ਹੈ, ਪ੍ਰਧਾਨ ਜੀ ਨੂੰ ਕਹਿਤਾ ਕਿ ਜਿਹੜਾ ਹੈਗਾ ਇਹਦੀ ਕਾਰਵਾਈ ਜਿਹੜੀ ਕੀਤੀ ਜਾਵੇ, ਪਟੇਲ ਰੋਡ ਇਹਦਾ ਨਾਮ ਬੱਚੇਗਾ, ਕਿਉਂਕਿ ਸਾਡਾ ਪਟੇਲ ਸਾਡਾ ਕਾਲਜ ਅਤੇ ਸਕੂਲ ਆ ਸਾਡਾ, ਅਤੇ ਬਹੁਤ ਮਤਲਬ ਕਿ ਵੱਡਾ ਇੰਸਟੀਟਿਊਸ਼ਨ ਆ ਸਾਡਾ ਇਹ ਸਿੱਖਿਆ ਦਾ, ਅਤੇ ਉਹਦੀ ਵੀ ਅਸੀਂ ਜਿਹੜਾ ਹੈ ਬਰਕਰਾਰ ਅਸੀਂ ਅਹਿਮੀਅਤ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ ਤਾਂ ਕਿ ਬੱਚਿਆਂ ਨੂੰ ਇੱਕ ਵਧੀਆ ਮੈਸੇਜ ਆਵੇ, ਉੱਥੋਂ ਜਦੋਂ ਵੀ ਬੱਚੇ ਇੱਥੋਂ ਬੱਸ ਤੋਂ ਉਤਰ ਕੇ ਜਾਣ ਜਾਂ ਇੱਥੋਂ ਤੁਰ ਕੇ ਜਾਣ ਤਾਂ ਪਤਾ ਲੱਗੇ ਕਿ ਇਹ ਪਟੇਲ ਜੀ ਦੇ ਨਾਮ ਹੋਵੇ।